तेरी मां नू तेरी नू उस नाल खड़ी हो तू मां भैण दियां गालां नहीं कर सकदा फिर मैं कन्न च कढ लैंदा पर फिर देख लो ना तां गाल कढण वाले नू स्वाद आणा ना सुणन वाले नू आणा चक्कर चलना मेरा कितने की कहा दोबारे दसन नाल चक्कर वापस थोड़ी मुड़े होने जब मैं एक बारी कहा चक्कर चलदा तो बस चलदा साली गंदी औलाद ना मजारा स्वाद मैं तेरे हाथ तोड़ देने जे मेरे मुरे हुण आए कीता पिट पिछे करा साले डमरूआ जड़ा पिछे बजाणा ਤੁਹਾਡਾ ਮੁੰਡਾ ਮੇਰੀ ਧੀ ਨੂੰ ਪਿਆਰ ਕਰਦਾ ਹੈ ਬਾਹ ਬੇਟਾ ਦੋਨੋਂ ਠਰ ਕੇ ਐਸੀ ਗੱਲ ਸੀ ਤਾਂ ਬੰਦੇ ਦਾ ਆਪਣੀ ਪਹਿਲੀ ਘਰ ਵਾਲੀ ਤੋਂ ਜੀ ਨਹੀਂ ਭਰਦਾ ਉਹ ਦੂਜੀ ਚ ਕਿਵੇਂ ਇੰਟਰਸਟ ਲੈ ਲੂ ਕੋਈ ਡੇਢ ਬੰਦੇ ਹੁੰਦੇ ਆ ਜੀਜੋ ਦੂਜੇ ਥਾਂ ਵੀ ਲਾਲਾਂ ਸਿੱਟ ਲੈਂਦੇ ਆ ਸਾਹਿਬ ਜੀ ਹੱਥ ਪਾਈਓ ਉਹ ਹੱਥ ਪਾਈਓ ਨਹੀਂ ਹੱਥ ਪਵਾਈਓ ਹੁੰਦਾ ਜਿਸ ਹਿਸਾਬ ਨਾਲ ਤੂੰ ਬੋਲ ਰਿਹਾ ਨਾ ਕਿਸ ਦਿਨ ਜੀਜੂ ਨੇ ਸੱਚਮੁੱਚ ਤੁਹਾਨੂੰ ਹੱਥ ਪਾ ਲੈਣਾ ਕਿੰਨੀ ਦੇਰ ਆ ਕੰਮ ਚੱਲੂ ਜਿੰਨੀ ਦੇਰ ਹੁਣ ਚੱਲੂਗਾ ਚਲਾਉਣਾ ਹੀ ਪੈਣਾ ਵਾ ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ ਹੁਣ ਖੜੇ ਪੈਰੀ ਲੈ ਕੇ ਕਿਵੇਂ ਨਿਕਲ ਜਾ ਥੱਲੇ ਬੈਠ ਲੈ ਹੁਣ ਬੈਠੇ ਪੈਰੀ ਹੋ ਗਿਆ ਹੁਣ ਨਿਕਲ ਇੱਕ ਗੱਲ ਸੁਣ ਲਓ ਜੀਜੂ ਇਹਨੂੰ ਮੈਂ ਆਪਣੇ ਦਿੱਦੀ ਦਾ ਘਰ ਨਿਪਟਣ ਦਿਆਂਗਾ ਸਰ ਜੀ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀਂ ਹੋਣਾ ਮੇਰਾ ਤੁਸੀਂ ਸਵੇਰੇ ਹਿਸਾਬ ਕਰਦੇ ਹੋ ਬਸ ਉਹ ਤੂੰ ਸਵੇਰ ਨੂੰ ਰੋਣੀ ਆ ਮੈਨੂੰ ਲੱਗ ਰਿਹਾ ਸੀ ਜੀਜੂ ਤੇਰਾ ਹੁਣ ਹਿਸਾਬ ਕਿਤਾਬ ਕਰਨ ਨੂੰ ਸਾਲਾ ਇਹ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾ ਕੱਟ ਸਿਆਣੇ ਕਹਿੰਦੇ ਆ ਜੇ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲੇ ਉਂਗਲੀ ਟੇਢੀ ਕਰ ਲੈਣੀ ਚਾਹੀਦੀ ਆ ਤੇ ਵੱਧ ਸਿਆਣੇ ਪਤਾ ਹੀ ਕਹਿੰਦੇ ਆ ਬਈ ਆਪਾਂ ਉਂਗਲੀ ਲਿਬੇੜਨੀ ਕਿਉਂ ਐ ਕਿਸੇ ਨੂੰ ਕਹਿੰਦੇ ਆ ਨਾ ਕਿਉਂ ਕੱਢ ਕੇ ਸਾਡੀ ਕੋਲੀ ਚ ਪਾ ਦੇ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਵਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ ਕੋਈ ਕਾਲੇ ਕੱਚੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕਿੱਥੋਂ ਵੀ ਨਹੀਂ ਪਾਇਆ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਕਲਰ ਰਹਿੰਦੇ ਯਾਰ ਤੂੰ ਹੌਲੀ ਬੋਲ ਕਿਸੇ ਨੇ ਦੇਖ ਲਿਆ ਪੰਗਾ ਪੈ ਜੂ ਘਰ ਦਾ ਟਾਈਮ ਹੋ ਗਿਆ ਬਾਲਟੀ ਲੈ ਕੇ ਆ ਗਈ ਚੁੱਪ ਕਰਕੇ ਦੁੱਧ ਦੇ ਦੇ ਮੈਂ ਸੌ ਰਿਹਾ ਵੀਰ ਕਾ ਤਾਂ ਲਿਆਂਦਾ ਨਾ ਹਟ ਢਿੱਲੋਂ ਸਾਹਿਬ ਅੱਜ ਬਿੱਲੂ ਕੱਲਾ ਨਹੀਂ ਇੱਕ ਧੀ ਦਾ ਬਾਪ ਵੀ ਆਇਆ ਬੁਲਾਓ ਫਿਰ ਉਹਨਾਂ ਨੂੰ ਧੀ ਦਾ ਬਾਪ ਮੈਂ ਹੀ ਹਾਂ ਸਰ ਤੇਰੇ ਪਤੀ ਦੀ ਲੱਤਾਂ ਗਈਆਂ ਵੀ ਤੇਰਾ ਪਤੀ ਲੈਗ ਆਊਟ ਹੋ ਗਿਆ ਤੁਸੀਂ ਕੀ ਕਹਿ ਰਹੇ ਹੋ ਜਸ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਬਿਨਾਂ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਪੱਟਿਆ ਤੇ ਐ ਚੱਲਦਾ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹ ਹੋਇਆ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹ ਹੋਇਆ ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ ਜਾ ਜਾਤੀ ਹੈ ਹੁਣ ਲੱਗਦਾ ਮੈਂ ਵਿਆਹ ਹੋਇਆ